हेलो स्टूडेंट्स टुडे वी विल कंटिन्यू लेसन नंबर फोर ऑफ योर ईवीएस बुक लेसन नेम इज डिफरेंट प्रोफेशनल्स सो लेट्स स्टार्ट राजूज मदर एग्रीड टू टेक हर टू द टेलर हाँ जी टेलर मींस दर्जी एग्रीड मींस सहमत हो गई राजू दे माता जी उसू दर्जी की शॉप पर ले जाते सहमत हो गई वाइल getting ready she said okay okay means ٹھیک ہے ready means تیار ہونا i will accompany you and get my shoes repaired from prem cobbler ہاں جی cobbler means موچی موچی ਨੂੰ انگلش ਦੇ ਵਿੱਚ ਕੀ ਕਹਿੰਦੇ ਆ cobbler ہاں جی repair means مرمت کروانا مرمت کرنا accompany means ਸਾਥ ਦੇਣਾ ਜਾਂ ਜਿੱਦਾਂ ਆਪਾਂ ਕਹਿ ਸਕਦੇ ਹਾਂ ਸਾਥ ਚੱਲਣਾ ਨਾਲ ਚੱਲਣਾ ਆਈ ਵਿਲ ਅਕੰਪਾ OK ਵਾਈਲ ਗੈਟਿੰਗ ਰੈਡੀ ਸ਼ੀ ਸੈਡ OK ਤਿਆਰ ਹੁੰਦੇ ਹੋਏ ਉਸਨੇ ਕਿਹਾ ਠੀਕ ਹੈ ਆਈ ਵਿਲ ਅਕੰਪਨੀ ਯੂ ਮੈਂ ਤੇਰੇ ਨਾਲ ਚੱਲਦੀ ਹਾਂ ਐਂਡ ਗੈਟ ਮਾਈ ਸ਼ੂਜ਼ ਰਿਪੇਅਰਡ ਫਰੋਮ ਪ੍ਰੇਮ ਕੋਬਲਰ ਅਤੇ ਪ੍ਰੇਮ ਕੋਲੋਂ ਮੈਂ ਆਪਣੇ ਜੁੱਤੇ ਵੀ ਠੀਕ ਕਰਵਾ ਲਵਾਂਗੀ ਰਾਜੂ ਰੀਚਡ ਦ ਟੇਲਰਸ ਸ਼ਾਪ ਵਿਦ ਹਰ ਮਦਰ ਹਾਂਜੀ ਰਾਜੂ reached means ਪਹੁੰਚ ਗਈ reach means ਪਹੁੰਚਣਾ reached means ਪਹੁੰਚ ਗਈ ਰਾਜੂ ਆਪਣੇ ਮਾਤਾ ਜੀ ਦੇ ਨਾਲ ਦਰਜੀ ਦੀ ਦੁਕਾਨ ਤੇ ਪਹੁੰਚ ਗਈ ਰਾਜੂ ਆਸਕਡ ਟੇਲਰ ਰਾਜੂ ਨੇ ਦਰਜੀ ਨੂੰ ਪੁੱਛਿਆ ਆਸਕਡ मींस ਪੁੱਛਿਆ ਅੰਕਲ ਕੈਨ ਯੂ ਸਟਿਚ ਅ ਡਾਕਟਰਸ ਕੋਟ ਫੋਰ ਮੀ ਹਾਂਜੀ ਸਟਿਚ मींस ਸਿਲਣਾ ਸਲਾਈ ਕਰਨਾ ਰਾਜੂ ਨੇ ਦਰਜੀ ਤੋਂ ਪੁੱਛਿਆ ਅੰਕਲ ਕੀ ਤੁਸੀਂ ਮੇਰੇ ਲਈ ਡਾਕਟਰ ਵਾਲਾ ਕੋਟ ਸਿਲਾਈ ਕਰ ਸਕਦੇ ਹੋ ਯੈਸ ਬੇਬੀ ਡੈਫੀਨੇਟਲੀ ਡੈਫੀਨੇਟਲੀ ਮੀਨਸ ਜ਼ਰੂਰ ਬਿਲਕੁਲ ਬੇਸ਼ੱਕ ਹਾਂਜੀ ਬੇਟਾ ਬਿਲਕੁਲ ਬੇਸ਼ੱਕ ਅੰਕਲ ਫਰੋਮ ਵੇਅਰ ਹੈਵ ਯੂ ਲਰਨਡ 올 ਥਿਸ ਅੰਕਲ ਤੁਸੀਂ ਇਹ ਸਭ ਕੁਝ ਕਿੱਥੋਂ ਸਿੱਖਿਆ ਹੈ ਲਰਨ ਮੀਨਸ ਸਿੱਖਣਾ ਐਂਡ ਲਰਨਡ ਸੈਕੰਡ ਫਾਰਮ ਥਰਡ ਫਾਰਮ ਲਰਨ ਥਰਡ ਫਾਰਮ ਮੀਨਸ ਸਿੱਖਿਆ अंकल ये सब ती कि सीखिया है आई हैव डन टू ईयरस कोर्स इन टेलरिंग हाँ जी ट्रेलरिंग मीनस सिलाई का कम ट्रेलरिंग मीनस सिलाई का कम आई हैव डन टू ईयरस कोर्स इन टेलरिंग मैं सिलाई के कम वास्ते दो साल का कोर्स किया है योर आंट डज द embroidery work your aunt does the embroidery work he pointed towards his wife hanji towards means wal pointed means ishara karna embroidery kadhai kadhai karde jithe kadhai ki hundi hai haan taage naal embroidery hanji tere ਆઠ ਜਾਂ ਤੇਰੇ ਆਂਟੀ embroidery ਦਾ ਕੰਮ ਕਰਦੇ ਹਨ ਕਢਾਈ ਦਾ ਕੰਮ ਕਰਦੇ ਹਨ he pointed towards his wife ਉਸਨੇ ਆਪਣੀ ਪਤਨੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਹਾਂਜੀ ਉਹਨੇ ਕਿਹਾ ਕਿ ਮੈਂ ਸिलाई ਕਿ ਮੈਂ ਸिलाई ਦੇ ਕੰਮ ਵਿੱਚ 2 ਸਾਲ ਦਾ ਕੋਰਸ ਕੀਤਾ ਹੈ ਫਿਰ ਉਸਨੇ ਆਪਣੀ ਵਾਈਫ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਤੇਰੇ ਆਂਟੀ ਨੇ ਤੇਰੇ ਆਂਟੀ ਕਢਾਈ ਦਾ ਕੰਮ ਕਰਦੇ ਹਨ the trailer took a rajoo's ਮੈਜ਼ਰਮੈਂਟ ਵਿਦ ਦਾ ਹੈਲਪ ਆਫ ਐਨ ਇੰਚਿਸ ਟੇਪ ਹਾਂਜੀ ਹਾਂਜੀ ਸਟੂਡੈਂਟਸ ਇੰਚਿਸ ਟੇਪ ਤੁਹਾਡੇ ਘਰ ਵਿੱਚ ਵੀ ਹੁੰਦਾ ਹੈ ਤੁਹਾਡੇ ਮੰਮੀ ਆ ਤੁਹਾਡੇ ਘਰ ਦੇ ਕੋਈ ਲੇਡੀ ਹੈ ਨਾ ਜਿਹੜਾ ਸਿਲਾਈ ਦਾ ਕੰਮ ਕਰਦੇ ਆ ਉਹਨਾਂ ਕੋਲੇ ਇੰਚਿਸ ਟੇਪ ਹੁੰਦਾ ਹੈ ਜਿਹਦੇ ਨਾਲ ਸੂਟ ਨੂੰ ਮਾਪਿਆ ਜਾਂਦਾ ਹੈ ਨਾ ਕੋਈ ਕਟਿੰਗ ਕਰਨੀ ਹੁੰਦੀ ਹੈ ਕਿਸੇ ਕੱਪੜੇ ਦੀ ਕੋਈ ਟੁਕੜਾ ਕੱਟ ਕਰਨਾ ਹੁੰਦਾ ਤਾਂ ਉਹਨੂੰ ਇੰਚਿਸ ਟੇਪ ਨਾਲ ਪਹਿਲਾਂ ਮਿਲਦੇ ਆ ਫਿਰ ਉਹਨੂੰ ਨਿਸ਼ਾਨੇ ਲਗਾ ਕੇ ਕੱਟ ਕਰਦੇ ਆ ਸੋ ਇਹ ਇੰਚਿਸ ਟੇਪ ਹਾਂਜੀ ਮੈਜ਼ਰਮੈਂਟ ਮੀਨਸ ਨਾਪ ਜਾਂ ਫਿਰ ਆਪਾਂ ਮਾਪ ਕਹਿ ਦਿੰਦੇ ਆ ਜਿੱਦਾਂ ਦਾ ਟੇਲਰ ਟੂਕ ਰਾਜੂਜ਼ ਮੈਜ਼ਰਮੈਂਟ ਵਿਦ ਦਾ ਹੈਲਪ ਆਫ ਐਨ ਇੰਚਿਸ ਟੇਪ ਹਾਂਜੀ ਦਰਜੀ ਨੇ ਇੰਚਿਸ ਟੇਪ ਦੀ ਮਦਦ ਨਾਲ ਰਾਜੂ ਦਾ ਨਾਪ ਲੈਤਾ ਕਾਦੇ ਵਾਸਤੇ ਨਾਪ ਲੈਤਾ ਵੈਰੀ ਗੁੱਡ ਡਾਕਟਰ ਦਾ ਕੋ ਡਾਕਟਰ ਦੇ ਕੋਟ ਲਈ ਜੋ ਕਿ ਰਾਜੂ ਨੇ ਕੰਪੀਟੀਸ਼ਨ ਵਿੱਚ ਪਾਉਣਾ ਸੀ ਰਾਜੂ ਕੇਅਰਫੁਲੀ ਅਬਜ਼ਰਵਡ ਦਾ ਟੇਲਰਸ ਸਵਿੰਗ ਮਸ਼ੀਨ ਹਾਂਜੀ ਸਵਿੰਗ ਮਸ਼ੀਨ ਹੁੰਦੀ ਐ ਸਿਲਾਈ ਵਾਲੀ ਮਸ਼ੀਨ ਅਬਜ਼ਰਵਡ ਮੀਨਸ ਨਿਰੀਖਣ ਕੀਤਾ ਧਿਆਨ ਨਾਲ ਉਹਨੂੰ ਦੇਖਿਆ ਪਰਖਿਆ ਕੇਅਰਫੁਲੀ ਮੀਨਸ ਧਿਆਨ ਨਾਲ ਰਾਜੂ ਕੇਅਰਫੁਲੀ ਅਬਜ਼ਰਵਡ ਦੈ ਟ੍ਰੇਲਰਸ ਸਵਿੰਗ ਮਸ਼ੀਨ ਹਾਂਜੀ ਰਾਜੂ ਨੇ ਧਿਆਨ ਨਾਲ ਦਰਜੀ ਦੀ ਜੋ ਸਿਲਾਈ ਮਸ਼ੀਨ ਸੀ ਉਸ ਦਾ ਨਿਰੀਖਣ ਕੀਤਾ ਉਸ ਨੂੰ ਧਿਆਨ ਨਾਲ ਪਰਖਿਆ ਦੈ ਟ੍ਰੇਲਰਸ ਸਵਿੰਗ ਮਸ਼ੀਨ ਵਾਸ ਬਿਗਰ ਦੈ ਸਵਿੰਗ ਮਸ਼ੀਨ ਐਟ ਹਰ ਹੋਮ ਹਾਂਜੀ bigger ਮੀਨਸ ਵੱਡੀ then word ਆਪਾਂ ਤੁਲਨਾ ਵਾਸਤੇ ਯੂਜ਼ ਕਰ ਲੈਂਦੇ ਆ ਜਦੋਂ ਦੋ ਚੀਜ਼ਾਂ ਦੇ ਵਿੱਚ ਆਪਾਂ ਤੁਲਨਾ ਕਰਨੀ ਹੁੰਦੀ ਆ ਸੋ ਜੋ ਦਰਜੀ ਦੀ ਸਿਲਾਈ ਮਸ਼ੀਨ ਸੀ ਉਹ ਜੋ ਰਾਜੂ ਦੇ ਘਰ ਵਿੱਚ ਸਿਲਾਈ ਮਸ਼ੀਨ ਸੀ ਉਸ ਮਸ਼ੀਨ ਤੋਂ ਵੱਡੀ ਸੀ ਦਰਜੀ ਦੀ ਸਿਲਾਈ ਮਸ਼ੀਨ ਘਰ ਵਾਲੀ ਸਿਲਾਈ ਮਸ਼ੀਨ ਤੋਂ ਵੱਡੀ ਸੀ ਸ਼ੀ ਸੌ ਦਾ ਐਮਬਰੋਇਡਰੀ ਮਸ਼ੀਨ ਫੋਰ ਦਾ ਫਰਸਟ ਟਾਈਮ ਹਾਂਜੀ ਉਸਨੇ ਐਮਬਰੋਇਡਰੀ ਮਸ਼ੀਨ ਯਾਨੀ ਕਿ ਕਢਾਈ ਵਾਲੀ ਮਸ਼ੀਨ ਪਹਿਲੀ ਵਾਰੀ ਦੇਖੀ ਸੀ ਸ਼ੀ ਸੈਡ ਸ਼ੀ ਹੈਡ ਸੀਨ ਦਾ ਸੀਜ਼ਰਸ ਐਂਡ ਦਾ ਇੰਚਿਸ ਟੇਪ ਐਟ ਹਰ ਹੋਮ ਅਰਲੀਅਰ ਆਲਸੋ ਹਾਂਜੀ ਸੀਜ਼ਰਸ ਹੁੰਦੀ ਹੈ ਕੈਂਚੀ ਇੰਚਿਸ ਟੇਪ ਤੁਹਾਨੂੰ ਮੈਂ ਦੱਸ ਦਿੱਤਾ ਨਾਪ ਜਿਹੜਾ ਮਾਪਿਆ ਜਾਂਦਾ ਹੈ ਅਰਲੀਅਰ ਮੀਨਸ ਪਹਿਲਾਂ ਹਾਂਜੀ ਉਸਨੇ ਕੈਂਚੀ ਅਤੇ ਇੰਚਿਸਟੇ ਪਹਿਲਾਂ ਵੀ ਆਪਣੇ ਘਰ ਵਿੱਚ ਦੇਖੇ ਸੀ ਰਾਜੂ ਵਾਸ ਵੈਰੀ ਹੈਪੀ ਟੂ ਸੀ ਕਲਰਫੁਲ ਚਾਕਸ ਲਾਈਂਗ ਨੀਅਰ ਦਾ ਟੇਲਰ ਹਾਂਜੀ ਲਾਈਂਗ ਮੀਨਸ ਪਏ ਹੋਏ ਰਾਜੂ ਰੰਗ ਬਰੰਗੇ ਚਾਕਸ ਨੂੰ ਦੇਖ ਕੇ ਬਹੁਤ ਖੁਸ਼ ਹੋਈ ਜੋ ਕਿ ਦਰਜੀ ਦੇ ਨੇੜੇ ਹੀ ਪਏ ਹੋਏ ਸਨ ਹੀ ਵਾਸ ਮਾਰਕਿੰਗ ਔਨ ਕਲੋਥਸ ਵਿਦ ਦਾ ਹੈਲਪ ਆਫ ਥੀਸ ਚਾਕਸ ਹਾਂਜੀ ਮਾਰਕ ਮੀਨਸ ਨਿਸ਼ਾਨ ਲਗਾਉਣਾ ਦਰਜੀ ਇਨ੍ਹਾਂ ਚਾਕਾਂ ਦੀ ਮਦਦ ਨਾਲ ਕੱਪੜਿਆਂ ਉੱਪਰ ਮਾਰਕ ਕਰ ਰਿਹਾ ਸੀ ਨਿਸ਼ਾਨ ਲਗਾ ਰਿਹਾ ਸੀ देयर ਵਾਰ ਬਟਨਿੰਗ ਐਂਡ ਹੈਮਿੰਗ ਨੀਡਲਸ ਆਲਸੋ ਹਾਂਜੀ ਬਟਨਿੰਗ ਨੀਡਲਸ ਹੁੰਦੀਆਂ ਨੇ ਜੋ ਬਟਨ ਲਗਾਉਣ ਵਾਲੀਆਂ ਹਨਾ ਸੂਈਆਂ ਐਂਡ ਹੈਮਿੰਗ ਨੀਡਲਸ ਹੁੰਦੀਆਂ ਨੇ ਤਰਪਾਈ ਕਰਨ ਵਾਲੀਆਂ ਸੂਈਆਂ ਜੋ ਬਰੀਕ ਬਰੀਕ ਹੁੰਦੀਆਂ ਨੇ ਬਿਲਕੁਲ ਆਈ ਥਿੰਕ ਇਹ ਵਾਲੀਆਂ ਹੋਣੀਆਂ ਜੋ ਟੰਗੀਆਂ ਹੁੰਦੀਆਂ ਉਹਦੇ ਵਿੱਚ ਇਹ ਸਾਰਾ ਦਰਜ ਯੂਜ਼ ਕਰਦਾ ਸਮਾਨ ਸਵੀਜ਼ਰ ਪਈ ਹੈ ਨਾ ਸੇਫਟੀ ਪਿਨ ਇੰਚ ਟੇਪ ਇਹ ਸੂਈਆਂ ਪਈਆਂ ਇਹਦੇ ਵਿੱਚ ਹਲਗਲਗ ਇਹ ਵੀ ਸੂਈਆਂ ਨੇ ਇਹਨੂੰ ਆਪਾਂ ਫਿਰਕੀ ਕਹਿ ਦਿੰਦੇ ਹਾਂ ਨਾ ਪੰਜਾਬੀ ਦੇ ਵਿੱਚ ओके देयर वर बटनिंग एंड हेविंग नीडल्स आल्सो ਉਥੇ ਬਟਨ ਲਗਾਉਣ ਵਾਲੀਆਂ ਅਤੇ ਤਰਪਾਈ ਕਰਨ ਵਾਲੀਆਂ ਸੂਈਆਂ ਵੀ ਸਨ नीडल्स ਮੀਨਸ ਸੂਈਆਂ ਸੂਈਆਂ ਨੂੰ ਇੰਗਲਿਸ਼ ਸੂਈ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਨੀਡਲ ਆ ਦੇਖੋ ਟੂਲਸ ਯੂਜ਼ਡ ਬਾਈ ਟਵਿੱਲਰ ਹਾਂਜੀ ਇਹ ਸਮਾਨ ਜੋ ਹੈ ਟਵਿੱਲਰ ਯੂਜ਼ ਕਰਦਾ ਹੈ ਆਮ ਤੌਰ ਤੇ ਇਹਨਾਂ ਦੇ ਵਿੱਚੋਂ ਕੁਝ ਕੁ ਸਮਾਨ ਆਪ ਆਪਣੇ ਘਰ ਦੇ ਵਿੱਚ ਵੀ ਦੇਖ ਸਕਦੇ ਆਂ ओके देयर इज अ एक्टिविटी फॉर यू एक्टिविटी नंबर 1 मेजर योर हाइट विद इंच टेप एंड फाइंड आउट हाउ फीट टॉल यू आर फीट इंचेस ओके स्टूडेंट्स मेजर मींस नापना मापना ਤੁਸੀਂ ਇੰਚ ਇੰਚ ਟੇਪ ਦੀ ਮਦਦ ਨਾਲ ਆਪਣੀ ਹਾਈਟ ਨੂੰ ਮਾਪਣਾ ਹੈ ਅਤੇ ਦੇਖੋ ਤੁਸੀਂ ਕਿੰਨੇ ਲੰਬੇ ਹੋ ਫੀਟ ਦੇ ਵਿੱਚ ਤੇ ਇੰਚਸ ਦੇ ਵਿੱਚ ਤੁਸੀਂ ਕਿੰਨੇ ਲੰਬੇ ਹੋ ਤੁਸੀਂ ਆਪਣੀ ਹਾਈਟ ਮਾਪਣੀ ਹੈ ਇੰਚ ਸਟੇਪ ਦੇ ਨਾਲ ਫਿਰ ਤੁਸੀਂ ਦੇਖਣਾ ਹੈ ਕਿ ਕਿੰਨੇ ਫੀਟ ਤੇ ਕਿੰਨੇ ਇੰਚ ਦੇ ਤੁਸੀਂ ਹੈਗੇ ਹੋ ਦੇ ਆਰ 12 ਇੰਚਸ ਇਨ ਅ ਫੀਟ ਹਾਂਜੀ ਇੱਕ ਅਗਰ ਆਪਾਂ ਫੀਟ ਦੇਖਣਾ ਹੋਵੇ ਤਾਂ ਇੱਕ ਫੀਟ ਦੇ ਵਿੱਚ 12 ਇੰਚਸ ਹੁੰਦੇ ਹਨ ਓਕੇ ਗਾਟ ਇਟ ਓਕੇ ਲੈਟਸ ਕੰਟੀਨਿਊ ਔਨ देयर ਵੇ ਬੈਕ ਹਾਂਜੀ ਵਾਪਿਸ ਆਉਂਦੇ ਟਾਈਮ ਯਾ ਵਾਪਿਸ ਉਹਨਾਂ ਵਾਪਿਸ ਆਉਂਦੇ ਟਾਈਮ ਰਸਤੇ ਵਿੱਚ ਰਾਜੂਜ਼ ਮਦਰ ਗੇਵ ਹਰ ਸ਼ੂ ਟੂ ਦਾ ਕੋਬਲਰ ਫੋਰ ਰਿਪੇਅਰ ਹਾਂਜੀ ਰਿਪੇਅਰ ਮੀਨਸ ਮੁਰੰਮਤ ਕਰਨਾ ਤੁਹਾਨੂੰ ਮੈਂ ਦੱਸਿਆ ਸੀ ਕੋਬਲਰ ਕੀ ਹੁੰਦਾ ਮੋਚੀ ਰਾਜੂ ਦੇ ਮਾਤਾ ਜੀ ਨੇ ਜਬ ਵਾਪਿਸ ਆਉਂਦੇ ਰਸਤੇ ਵਿੱਚ ਰਾਜੂ ਦੇ ਮਾਤਾ ਜੀ ਨੇ ਆਪਣਾ ਜੂਤਾ ਸ਼ੂ ਕੋਬਲਰ ਨੂੰ ਰਿਪੇਅਰ ਕਰਨ ਵਾਸਤੇ ਦੇ ਦਿੱਤਾ ਵਿਦ ਦਾ ਹੈਲਪ ਆਫ ਡਿਫਰੈਂਟ ਟੂਲਸ ਕਿ ਮੈਂਡਿਡ ਦਾ ਸ਼ੂ ਹਾਂਜੀ ਮੈਂਡਿਡ ਹੁੰਦਾ ਹੈ ਜਿੱਦਾਂ ਜੁੱਤੇ ਦੀ ਸਿਲਾਈ ਕਰ ਦੇਣਾ ਜਾਂ ਮਰੰਮਤ ਕਰ ਦੇਣਾ ਹਨਾ ਦੁਬਾਰਾ ਉਹਨੂੰ ਯੂਜ਼ ਕਰਨ ਵਾਸਤੇ ਬਣਾ ਦੇਣਾ ਓਕੇ ਅਲੱਗ-ਅਲੱਗ ਡਿਫਰੈਂਟ ਮੀਨਸ ਅਲੱਗ-ਅਲੱਗ ਟੂਲਸ ਜੋ ਵੀ ਉਹਦੇ ਔਜ਼ਾਰ ਨੇ ਯੰਤਰ ਨੇ ਹਨਾ ਅਲੱਗ-ਅਲੱਗ ਟੂਲਸ ਦੀ ਮਦਦ ਨਾਲ ਉਹਨੇ ਜੁੱਤੇ ਦੀ ਸਿਲਾਈ ਕੀਤੀ ਜੁੱਤੇ ਨੂੰ ਦੁਬਾਰਾ ਰਿਪੇਅਰ ਕੀਤਾ ਲੈਟ ਅਸ ਲਰਨ ਅਬਾਊਟ ਕੋਬਲਰਸ ਟੂਲਸ ਓਕੇ देयर आर सम टूल्स यूज्ड बाय कॉबलर ਫਸਟ ਇਜ਼ ਬਰਸ਼ ਹਾਂਜੀ ਇਹ ਬਰਸ਼ ਹੈ ਬਰਸ਼ ਦਾ ਯੂਜ਼ ਕਰਦੇ ਆ ਕੋਬਲਰ ਆਇਰਨ ਟ੍ਰਾਈਪੋਡ ਇਹ ਐਨਾ ਤਿਕੋਣਾ ਇੱਕ ਤਿਕੋਣ ਦੀ ਸ਼ੇਪ ਦੇ ਵਿੱਚ ਬਣਿਆ ਹੁੰਦਾ ਜਿਹਦੇ ਉੱਪਰ ਰੱਖ ਕੇ ਉਹ ਜੁੱਤੇ ਦੀ ਮਰਮਮਤ ਕਰਦਾ ਹੈ ਐਂਡ ਇਹ ਆ ਉਹਦੀ ਨੀਡਲ ਇਹਦੇ ਨਾਲ ਉਹ ਸਿਲਾਈ ਕਰਦਾ ਹੈ ਜੁੱਤੇ ਦੀ ਨੀਡਲ ਇਹ ਮੋਚੀ ਕੋਲੇ ਜੋ ਨੀਡਲ ਹੁੰਦੀ ਹੈ ਸੂਈ ਹੁੰਦੀ ਹੈ राजू एंड हर मदर स्टार्टेड बैक टू देयर होम हां जी ਹੁਣ ਰਾਜੂ ਅਤੇ ਉਸਦੇ ਮਾਤਾ ਜੀ ਵਾਪਿਸ ਘਰ ਲਈ ਤੁਰ ਪਏ ਚੱਲ ਪਏ ਔਨ ਦਾ ਵੇ ਵੇ ਮੀਨਸ ਰਸਤਾ ਸੀਇੰਗ ਸੋਨੀਜ਼ ਸ਼ਾਪ हां जी ਰਸਤੇ ਵਿੱਚ ਸੋਨੀ ਦੀ ਦੁਕਾਨ ਦੇਖ ਕੇ ਸੀ ਮੀਨਸ ਦੇਖਣਾ ਸੀਇੰਗ ਮੀਨਸ ਦੇਖਦੇ ਹੋਏ ਸਡਨਲੀ ਡਨਲੀ ਮੀਨਸ ਅਚਾਨਕ ਹਰ ਮਦਰ REMEMBERED THAT SHE HAD TO BUY THE PICKLES FOR HOME TO ਹਾਂਜੀ ਪਿਕਲਸ ਹੁੰਦੇ ਨੇ ਅਚਾਰ ਅਚਾਰ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿ ਦਿੰਦੇ ਆ ਪਿਕਲ ਓਕੇ ਹਾਂਜੀ ਰਸਤੇ ਵਿੱਚ ਸੋਨੀ ਦੀ ਦੁਕਾਨ ਦੇਖ ਕੇ ਮਾਤਾ ਜੀ ਨੂੰ ਅਚਾਨਕ ਯਾਦ ਆਇਆ ਰਿਮੈਂਬਰਡ ਮੀਨਸ ਯਾਦ ਆਇਆ ਕਿ ਉਸਨੇ ਤਾਂ ਘਰ ਲਈ ਅਚਾਰ ਖਰੀਦਣਾ ਸੀ ਰਾਜੂਜ਼ ਮਦਰ ਟੋਲਡ ਰਾਜੂ ਦੈਟ ਸੋਨੀਜ਼ ਮਦਰ ਪ੍ਰਿਪੇਅਰਡ ਪਿਕਲ ਹਰਸੈਲਫ ਹਾਂਜੀ ਫੇਰ ਰਾਜੂ ਦੇ ਮਾਤਾ ਜੀ ਨੇ ਰਾਜੂ ਨੂੰ ਦੱਸਿਆ ਕਿ ਸੋਨੀ ਦੇ ਜੋ ਮਾਤਾ ਜੀ ਨੇ ਉਹ ਆਪਣੇ ਆਪ ਹੀ ਅਚਾਰ ਤਿਆਰ ਕਰਦੇ ਹਨ ਪ੍ਰਿਪੇਅਰ ਮੀਨਸ ਤਿਆਰ ਕਰਨਾ ਪ੍ਰਿਪੇਅਰਡ ਸੋ ਅਚਾਰ ਤਿਆਰ ਕਰਦੇ ਹਨ ਐਸ ਇਟ ਇਜ਼ ਵੈਰੀ ਟੇਸਟੀ ਟੇਸਟੀ ਮੀਨਸ ਸਵਾਦ ਐਸ ਇਟ ਇਜ਼ ਵੈਰੀ ਟੇਸਟੀ ਆਲ ਵਿਲੇਜਰਸ ਆਲ ਵਿਲੇਜਰਸ ਬਾਏ ਪਿਕਲ ਓਨਲੀ ਫਰੋਮ ਸੋਨੀਸ ਸ਼ਾਪ ਹਾਂਜੀ ਵਿਲੇਜਰਸ ਕੌਣ ਪਿੰਡ ਵਾਲੇ ਵਿਲੇਜ ਹੁੰਦਾ ਹੈ ਪਿੰਡ ਵਿਲੇਜਰਸ ਪਿੰਡ ਵਾਲੇ ਹਾਂਜੀ ਕਿਉਂਕਿ ਇਹ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ ਤਾਂ ਸਾਰੇ ਪਿੰਡ ਵਾਲੇ ਸੋਨੀ ਦੀ ਸ਼ਾਪ ਤੋਂ ਹੀ ਅਚਾਰ ਖਰੀਦਦੇ ਹਨ ਅ ਫਰੂਟ ਕਟਰ ਵਾਸ ਲਾਈਂਗ देयर ਵਿਚ ਰਾਜੂ ਹੈਸ ਸੀਨ ਫੋਰ ਦਾ ਫਸਟ ਟਾਈਮ ਹਾਂਜੀ ਉੱਥੇ ਇੱਕ ਫਰੂਟ ਕਟਰ ਫਲਾਂ ਨੂੰ ਕੱਟਣ ਵਾਲਾ ਕੋਈ ਯੰਤਰ ਹੋਣਾ ਔਜ਼ਾਰ ਹੋਣਾ ਉਹ ਕੋਲੇ ਪਿਆ ਸੀ ਉੱਥੇ ਹੀ ਪਿਆ ਸੀ ਜਿਸ ਨੂੰ ਵੀ ਰਾਜੂ ਨੇ ਪਹਿਲੀ ਵਾਰੀ ਦੇਖਿਆ ਸੀ ਹਾਂਜੀ ਸਟੂਡੈਂਟਸ ਇਹ ਦੇਖੋ ਇਹ ਵਾਲਾ ਔਜ਼ਾਰ ਹੈ ਇਹਦੇ ਨਾਲ ਕੀ ਕੀਤੇ ਜਾਂਦੇ ਆ ਦੇਖੋ ਮੰਗੇਜ਼ ਨੇ ਹਨਾ ਕੱਚੇ ਅੰਬ ਨੇ ਇਹਨਾਂ ਦੀ ਕਟਿੰਗ ਕਰ ਰਹੇ ਨੇ ਓਕੇ ਸਟੂਡੈਂਟਸ ਕੁਐਸਚਨ ਨੰਬਰ 3 how many of the following jobs have you seen being done by women tick right the right answer okay ਹਾਂ ਜੀ ਇਹ ਨੀਚੇ ਆਪਾਂ ਨੂੰ ਜੌਬਸ ਦਿੱਤੀਆਂ ਗਈਆਂ ਨੇ ਸਾਰੇ ਜੌਬਸ ਨੇ ਇਹ ਕਹਿ ਰਹੇ ਆ ਕਿ ਤੁਸੀਂ ਇਹਨਾਂ ਦੇ ਵਿੱਚੋਂ ਕਿਹੜੀ ਕਿਹੜੀ ਜੌਬ ਨੂੰ ਇੱਕ ਜੌਬ ਇੱਕ ਔਰਤ ਦੁਆਰਾ ਇੱਕ ਔਰਤ ਦੁਆਰਾ ਤੁਸੀਂ ਕਰਦੇ ਹੋਏ ਦੇਖਿਆ ਹੈ ਇਨਕਿ ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਠੀਕ ਹੈ ਸਟੂਡੈਂਟਸ ਇਹ ਤੁਸੀਂ ਫਿਲ ਕਰਨਾ ਹੈ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਵਾਰੀ ਇਹਦੀ ਰੀਡਿੰਗ ਕਰਕੇ ਦੱਸ ਦਿੰਦੀ ਆ ਫਿਰ ਤੁਸੀਂ ਆਪਣੇ ਆਪ ਕਰਨਾ ਹੈ ਇਹ ਸਿਕਸ ਜੌਬਸ ਨੇ ਸਿਕਸ ਜੌਬਸ ਦੇ ਵਿੱਚੋਂ ਤੁਸੀਂ ਜਿਹੜੀ ਜਿਹੜੀ ਜੌਬ ਵੀ ਇੱਕ ਲੇਡੀ ਦੁਆਰਾ ਇੱਕ ਊਮਨ ਦੁਆਰਾ ਕਰਦੇ ਹੋਏ ਤੁਸੀਂ ਦੇਖਿਆ ਹੈ ਉਹਦੇ ਉੱਪਰ ਤੁਸੀਂ ਟਿਕ ਕਰ ਦੇਣਾ ਹੈ ਜਿਹੜੀ ਜੌਬ ਤੁਸੀਂ ਨਹੀਂ ਦੇਖਿਆ ਹਨਾ ਵੀ ਕੋਈ ਊਮਨ ਕਰ ਰਹੀ ਹੈ ਉਹਨੂੰ ਤੁਸੀਂ ਛੱਡ ਦੇਣਾ ਓਕੇ ਜ਼ਰੂਰੀ ਨਹੀਂ ਸਾਰਿਆਂ ਤੇ ਟਿਕ ਕਰੋਗੇ ਜੋ ਜੋ ਤੁਸੀਂ ਦੇਖਿਆ ਹੋਊਗਾ ਸਿਰਫ ਉਸੇ ਨੂੰ ਹੀ ਟਿਕ ਕਰਨਾ ਹੈ ਠੀਕ ਹੈ ਓਕੇ ਫਸਟ ਜੌਬ ਹੈ ਤੁਸੀਂ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਜੌਬ ਵੂਮਨ ਕਰਦੀ ਹੈ ਓਕੇ ਵੂਮਨ ਓਨਲੀ ਵੂਮਨ ਰੀਅਰਿੰਗ ਆਫ ਕੈਟਲ ਹਾਂਜੀ ਪਸ਼ੂ ਪਾਲਣ ਕੀ ਤੁਸੀਂ ਦੇਖਿਆ ਹੈ ਕਿ ਕੋਈ ਵੂਮਨ ਪਸ਼ੂ ਪਾਲਣ ਦਾ ਕੰਮ ਕਰ ਰਹੀ ਹੈ ਅਗਰ ਦੇਖਿਆ ਹੈ ਤਾਂ ਐਸੇ ਐਥੈਟਿਕ ਮਾਰਕ ਕਰੋ ਅਗਰ ਨਹੀਂ ਦੇਖਿਆ ਤਾਂ ਇਹਨੂੰ ਐਦਾਂ ਹੀ ਬਲੈਂਕ ਛੱਡ ਦਿਓ ਓਕੇ ਨੰਬਰ 2 ਵੇਵਿੰਗ ਆਫ ਕਾਰਪੇਟਸ ਐਂਡ ਥਿਕ ਸ਼ੀਟਸ ਹਾਂਜੀ ਕਾਰਪੇਟਸ ਗਲੀਚੇ ਟਿਕ ਸ਼ੀਟਸ ਮੋਟੀਆਂ ਚਾਦਰਾਂ ਹਾਂਜੀ ਕੀ ਤੁਸੀਂ ਊਮਨ ਨੂੰ ਮੋਟੀਆਂ ਚਾਦਰਾਂ ਜਾਂ ਗਲੀਚਿਆਂ ਦੀ ਬੁਣਾਈ ਕਰਦੇ ਹੋਏ ਦੇਖਿਆ ਹੈ ਵੇਵਿੰਗ ਹੁੰਦਾ ਹੈ ਬੁਣਾਈ ਕਰਨਾ ਓਕੇ ਅਗਰ ਤੁਸੀਂ ਦੇਖਿਆ ਹੈ ਤਾਂ ਟਿਕ ਮਾਰਕ ਕਰੋ ਰਾਈਟ ਮਾਰਕ ਕਰੋ ਅਗਰ ਨਹੀਂ ਦੇਖਿਆ ਤਾਂ ਬਲੈਂਕ ਛੱਡ ਦਿਓ ਖਾਲੀ ਛੱਡ ਦਿਓ ਨੰਬਰ 3 ਡਰਾਈਵਿੰਗ ਆਫ ਬੱਸਿਸ ਬੱਸਿਸ ਨੂੰ ਡਰਾਈਵ ਕਰਦੇ ਹੋਏ ਦੇਖਿਆ ਹੈ ਕੀ ਤੁਸੀਂ ਕਦੇ ਕਿਸੇ ਊਮਨ ਨੂੰ ਬੱਸ ਚਲਾਉਂਦੇ ਹੋਏ ਦੇਖਿਆ ਹੈ ਅਗਰ ਦੇਖਿਆ ਹੈ ਤਾਂ ਰਾਈਟ ਟਿਕ ਕਰ ਦਿਓ ਅਦਰਵਾਈਜ਼ ਬਲੈਂਕ ਛੱਡ ਦਿਓ ਮੇਕਿੰਗ ਕਲੇ ਪੌਟਸ ਹਾਂਜੀ ਕੀ ਤੁਸੀਂ ਕਲੇ मींस ਮਿੱਟੀ ਪੌਟਸ मींस ਬਰਤਨ ਜਾਂ ਪੌਟਸ ਜੋ ਆਪਾਂ ਮਟਕੇ ਹਨਾ ਆਪਣੇ ਘਰਾਂ ਦੇ ਵਿੱਚ ਹੁੰਦੇ ਆ ਮਿੱਟੀ ਵਾਲੇ ਕੀ ਤੁਸੀਂ ਉਹਨਾਂ ਨੂੰ ਮਿੱਟੀ ਦੇ ਬਰਤਨ ਬਣਾਉਂਦੇ ਹੋਏ ਦੇਖਿਆ ਹੈ ਅਗਰ ਦੇਖਿਆ ਹੈ ਤਾਂ ਰਾਈਟ ਇਟ ਕਰੋ ਅਦਰਵਾਈਜ਼ ਬਲੈਂਕ ਛੱਡ ਦਿਓ ਨੰਬਰ 5 ਵਰਕਿੰਗ ਇਨ ਆਰਮਡ ਫੋਰਸੇਜ਼ ਹਾਂਜੀ ਕੀ ਤੁਸੀਂ ਊਮਨ ਨੂੰ ਸੁਰੱਖਿਆ ਬਲ ਦੇ ਵਿੱਚ ਦੇਖਿਆ ਹੈ ਇਨ ਸ਼ਾਰਟਕਟ ਕੀ ਤੁਸੀਂ ਉਹਨਾਂ ਨੂੰ ਫੌਜ ਦੇ ਵਿੱਚ ਦੇਖਿਆ ਹੈ ਸੁਰੱਖਿਆ ਬਲ ਦੇ ਵਿੱਚ ਦੇਖਿਆ ਹੈ ਅਗਰ ਦੇਖਿਆ ਹੈ ਤਾਂ ਰਾਈਟ ਟਿਕ ਕਰੋ ਅਦਰਵਾਈਜ਼ ਬਲੈਂਕ ਛੱਡ ਦਿਓ ਨੰਬਰ 6 ਮੈਨੇਜਿੰਗ ਹੋਟਲਸ ਐਂਡ ਧਾਬਾਸ ਹਾਂਜੀ ਕੀ ਤੁਸੀਂ ਊਮੈਨ ਨੂੰ ਹੋਟਲ ਜਾਂ ਫਿਰ ਟਾਬਿਆਂ ਦਾ ਪ੍ਰਬੰਧ ਕਰਤੇ ਹੋਏ ਦੇਖਿਆ ਹੈ ਉਹਨਾਂ ਨੂੰ ਮੈਨੇਜ ਕਰਦੇ ਹੋਏ ਦੇਖਿਆ ਹੈ ਅਗਰ ਦੇਖਿਆ ਹੈ ਤਾਂ ਰਾਈਟ ਟਿਕ ਕਰੋ ਅਦਰਵਾਈਜ਼ ਬਲੈਂਕ ਛੱਡ ਦਿਓ ਓਕੇ ਸਟੂਡੈਂਟਸ ਅੱਜ ਵਾਸਤੇ ਐ ਨਹੀਂ ਬਾਕੀ ਜੋ ਲੈਸਨ ਰਹਿ ਗਿਆ ਉਹ ਆਪਾਂ ਨੈਕਸਟ ਕਲਾਸ ਦੇ ਵਿੱਚ ਕੰਟੀਨਿਊ ਕਰਾਂਗੇ ਸੋ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਹੈ ਸੋ ਅੱਜ ਆਪਾਂ ਇੰਨਾ ਹੀ ਵਰਕ ਕਰਾਂਗੇ ਠੀਕ ਹੈ ਇਹ ਲੈਸਨ ਨੂੰ ਚੰਗੀ ਤਰ੍ਹਾਂ ਰੀਡ ਕਰ ਲਿਓ ਓਕੇ ਐਂਡ ਇਹ ਜੋ ਆਪਾਂ ਨੂੰ ਇੱਕ ਐਕਟੀਵਿਟੀ ਦਿੱਤੀ ਸੀ ਕੁਐਸਚਨ ਨੰਬਰ 3 ਇਹ ਤੁਸੀਂ ਫਿਲ ਕਰ ਲੈਣੀ ਹੈ ਓਕੇ ਬਾਏ ਟੇਕ ਕੇਅਰ ਹੈਵ ਅ ਨਾਈਸ ਡੇ